ਸਿਮਰਨਜੀਤ ਸਿੰਘ ਮਾਨ ਨੇ ਬਿਆਨ ਦਿੱਤਾ ਸ਼ਹੀਦ ਦੇ ਆਜ਼ਮ ਭਗਤ ਸਿੰਘ ਬਾਰੇ ਵਿਵਾਦਤ ਬਿਆਨ ਹੋ ਗਿਆ ਸੋਸ਼ਲ ਮੀਡੀਆ ਤੇ ਚਰਚੇ ਚੱਲੇ ਕਾਫੀ ਤਰ੍ਹਾਂ ਦੇ ਵਿੱਚ ਆਪਸੀ ਬਹਿਸ-ਵਾਜੀ ਵੀ ਚੱਲਦੀ ਰਹੀ ਹੁਣ ਆਮ ਆਦਮੀ ਪਾਰਟੀ ਪੰਜਾਬ ਦੀ ਲੀਡਰਸ਼ਿਪ ਨੇ ਉਹਨਾਂ ਦੇ ਮੁਖ ਬੁਲਾਰੇ ਨੇ ਕਾਇਦਾ ਪ੍ਰੈਸ ਕਾਨਫਰੰਸ ਕੀਤੀ ਔਰ ਸਿਮਰਨਜੀਤ ਸਿੰਘ ਮਾਨ ਦੇ ਨਾਂਨੇ ਤੱਕ ਪਹੁੰਚ ਕਰ ਲਈ ਗਈ ਹੈ ਕਿ ਉਹਨਾਂ ਨੇ ਭੂਮਿਕਾ ਉਦੋਂ ਕੀ ਨਿਭਾਈ ਸੀ ਇਸ ਤਰ੍ਹਾਂ ਦੀਆਂ ਗੱਲਾਂ ਵੀ ਪਹੁੰਚ ਰਹੀਆਂ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਸਿਮਰਜੀਤ ਸਮਾਨ ਹੁਣੀ ਆਪਣਾ ਕਿਰਦਾਰ ਤੇ ਪਿਸ਼ੋਖੜ ਪਿਲ ਭੁੱਲ ਗਏ ਨੇ ਦੱਸਦੇ ਨੇ ਕਿ ਜਦੋਂ ਪੰਜਾਬ ਦੇ ਵਿੱਚ नक्सਲਵਾਦ ਲਹਿਰ ਸੀ ਉਦੋਂ ਸਿਮਰਜੀਤ ਸਿੰਘ ਮਾਨ ਦੇ ਹੱਥੋਂ ਵੀ ਬਹੁਤ ਸਾਰੇ ਮੁੰਡੇ ਮਾਰੇ ਗਏ ਨੇ ਐਸਐਸਪੀ ਰਹੇ ਨੇ ਕਈ ਜ਼ਿਲ੍ਹਿਆਂ ਦੇ ਵਿੱਚ ਔਰ ਤੁਸੀਂ ਅੱਜ ਭਗ ਸਿੰਘ ਹੋਣਾ ਬਾਰੇ ਮੰंदे ਸ਼ਬਦ ਬੋਲ ਰਹੇ ਹੋ ਔਰ ਮੈਨੂੰ ਤੇ ਹੈਰਾਨੀ ਦੁੱਖ ਵੀ ਹੁੰਦਾ ਕਿ ਪੰਜਾਬ ਦੇ ਵਿੱਚ ਅਜਿਹੇ ਲੋਕ ਵੀ ਹੈਗੇ ਨੇ ਫੇਸਬੁਕੀ ਇਹ ਵਿਦਵਾਨ ਲਾਲੂ ਜਿਹੜੇ ਹੁਣ ਸ਼ੀਦ ਭਗ ਸਿੰਘ ਨੂੰ ਮੰਨ ਨਹੀਂ ਰਹੇ ਉਹ ਕਹਿੰਦੇ ਜੀ ਉਹਨਾਂ ਆਰੀਆ ਸਮਾਜ ਦੀ ਯਾਰ ਕਿਸੇ ਵਿਚਾਰਧਾਰਾ ਨਾਲ ਜੁੜਿਆ ਹੋਊਗਾ ਕੋਈ ਨਾ ਕੋਈ ਪਰ ਹੈ ਤੇ ਭਾਰਤੀ ਸੀ ਨਾ ਅਗਰ ਉਹਨੇ ਦੇ ਮਕਸਦ ਕੀ ਸੀ ਆਦੇਸ਼ ਦੀ ਆਦੇਸ਼ ਨੂੰ ਗੁਲਾਮੀ ਦੀਆਂ ਜਜ਼ੀਰਾ ਤੋਂ ਤੋੜਨਾ ਤੁਸੀਂ ਅੱਜ ਬੈਠ ਕੇ ਦੁਨੀਆ ਭਰ ਦੀ ਬਿੰਦ ਸ਼ਰਮ ਆਉਂਦੀ ਹੈ ਜਿਹੇ ਲੋਕਾਂ ਤੇ ਜਿਹੜੇ ਸਾਡੇ ਸ਼ਹੀਦਾਂ ਤੇ ਵੀ ਟਿੱਪਣੀਆਂ ਕਰ ਰਹੇ ਹੈਗੇ ਨੇ ਤੇ ਮਾਨ ਦੀ ਕੀ ਦੇਣ ਆ ਗਈ ਸਿਮਰਜੀਤ ਸਿੰਘ ਮਾਨ ਦੀ ਕੀ ਦੇਣ ਆ ਗਈ ਨਾ ਇਹਦੀ ਇੰਡੀਆ ਨੂੰ ਦੇਣ ਨਾ ਇਹ ਪੰਜਾਬ ਨੂੰ ਇਹਦੀ ਕੋਈ ਦੇਣ ਐ ਐਵੇਂ ਨਕੇ ਜਿਹੜੇ ਸੋ ਕਾਲਡ ਆਪਣੇ ਆਪ ਨੂੰ ਲੋਕ ਖਾਲਸਤਾਨੀ ਕਹਾਉਂਦੇ ਨੇ ਉਹਨਾਂ ਨੂੰ ਵੀ ਇਹਦੀ ਕੋਈ ਦੇਣ ਨਹੀਂ ਹੈਗੀ ਕਿਉਂਕਿ ਇਹ ਬੰਦੇ ਨੇ ਕਦੀ ਸਿੱਖ ਕੌਮ ਨਾਲ ਕਿਹੜਾ ਇਹਨੇ ਕੋਈ ਵਫਾਦਾਰੀ ਨਭਾਈ ਹੈ ਦਗਾਹੀ ਕੀਤਾ ਤੁਹਾਨੂੰ ਲੋਕਾਂ ਨੇ 1999 ਚ ਜਿਤਾ ਕੇ ਭੇਜਿਆ ਤੁਸੀਂ ਕਰਪਾਣ ਫੜ ਕੇ ਬੈਠ ਗਏ ਕੀ ਕੀਤਾ ਹੈਗਾ ਆਪ ਤੁਸੀਂ ਲੋਕਾਂ ਦੇ ਬੱਚੇ ਤੁਸੀਂ ਗੁੰਮਰਾਹ ਕਰਵਾਏ ਨੇ ਤੁਹਾਡੇ ਜਿਹੜੇ ਕੁੜੀ ਮੁੰਡਿਆ ਵਿਦੇਸ਼ਾਂ ਚ ਪੜਦੇ ਰਹੇਗੇ ਨੇ ਆਪਣੇ ਤੁਸੀਂ ਲੋਕਾਂ ਦੇ ਧੀਆਂ ਪੁੱਤ ਮਰਵਾਏ ਹੈਗੇ ਨੇ ਤੁਹਾਡੇ ਧੀਆਂ ਪੁੱਤਾਂ ਦੇ ਕਿਉਂ ਨਹੀਂ ਨੁਕਸਾਨ ਹੁੰਦਾ ਤੁਸੀਂ ਵਾਰ-ਵਾਰ ਖਾਲਸਾ ਦਾ ਰੌਲਾ ਪਾਉਂਦਾ ਸਿਮਰਜੀਤ ਸਿੰਘ ਮਾਨ ਨਿਆਣੇ ਉੱਥੇ ਗਮਰਾਹ ਹੋ ਕੇ ਖਾਲਸਤਾਨ ਕੋਈ ਲਿਖ ਦਿੰਦਾ ਜਾਂ ਬੋਲ ਦਿੰਦਾ ਪੰਜਾਬ ਪੁਲਿਸ ਉਹ ਤੇ ਪਰਚਾ ਦਰਜ ਕਰ ਦਿੰਦੀ ਗਿਆ ਤੇ ਖੁਦ ਤੇ ਕਿਉਂ ਨਹੀਂ ਖਾਲਸਤਾਨ ਦਾ ਜਦੋਂ ਬੋਲਦਾ ਸਿਮਰਜੀ ਸਮਾਨ ਇਹ ਤੇ ਕਿਉਂ ਨਹੀਂ ਪਰਚਾ ਦਰਜ ਹੁੰਦਾ ਲੱਗਦਾ ਹੈ ਕਿ ਜਿਸਾ ਭਗ ਸਿੰਘ ਦੇ ਅੱਜ ਪਰਿਵਾਰ ਨੇ ਕਿਹਾ ਗਿਆ ਇਹ ਖੁਦ ਏਜੰਸੀਆਂ ਦਾ ਬੰਦਾ ਹੈਗਾ ਕਿਹੜੀਆਂ ਏਜੰਸੀਆਂ ਨੇ ਸੈਂਟਰ ਦੀਆਂ ਜਾਂ ਪੰਜਾਬ ਦੀਆਂ ਖੁਦ ਇਹ ਲੱਗਦਾ ਹੈ ਕਿ ਸਿਮਰਜੀ ਸਮਾਨ ਸਿੱਖ ਕੌਮ ਨੂੰ ਗਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈਗਾ ਔਰ ਸਭ ਤੋਂ ਵੱਡੀ ਗੱਲ ਹੈ ਮੈਨੂੰ ਇਹ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਰਗਵ ਚੱਡੇ ਦਾ ਜਿਹੜਾ ਸਲਾਹਕਾਰ ਕਮੇਟੀ ਦਾ ਚੇਅਰਮੈਨ ਲਾਉਣਾ ਸੀ ਉਹ ਮੁੱਦਾ ਪੰਜਾਬ ਦਾ ਇੱਕ ਜ਼ਾਹਰ ਮੁੱਦਾ ਬਣ ਗਿਆ ਸੀ ਲੋਕਾਂ ਦਾ ਇੱਕ ਮੁੱਦਾ ਸੀ ਕਿ ਅਸੀਂ ਭਗਵੰਤ ਮਾਨ ਨੂੰ ਚੁਣਿਆ ਕਿ ਜਾਂ ਰਾਗਵ ਚੱਡੇ ਨੂੰ ਚੁਣਿਆ ਅਸੀਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਣਾਇਆ ਕਿ ਜਾਂ ਰਾਗਵ ਚੱਡੇ ਨੂੰ ਬਣਾਇਆ ਗਿਆ ਮੈਨੂੰ ਲੱਗਦਾ ਸਿਆਸਤ ਦੇ ਵਿੱਚ ਦੁਸ਼ਮਣ ਤੇ ਦੋਸਤ ਇਹ ਕਿਸੇ ਵਲੀ ਹੋ ਜਾਂਦੇ ਜਿਹੜੇ ਪਹਿਲਾਂ ਕਦੀ ਦੁਸ਼ਮਣ ਹੁੰਦੇ ਸੀ ਉਹ ਦੋਸਤ ਬਣ ਜਾਂਦੇ ਜਿਹੜੇ ਦੋਸਤ ਹੁੰਦੇ ਨੇ ਦੁਸ਼ਮਣ ਬਣ ਜਾਂਦੇ ਕਿਤੇ ਸਿਆਸਤ ਦੇ ਵਿੱਚ ਨਾ ਕੋਈ ਦੁਸ਼ਮਣ ਨਾ ਕਿ ਦੋਸਤ ਸੁਭਾਅ ਨਾਲ ਬਣਿਆ ਰਹਿੰਦੇ ਤੇ ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਲੋਕ ਇਹ ਕਹਿ ਰਹੇ ਨੇ ਕਿ ਸਿਮਰਜੀਤ ਸਿੰਘ ਮਾਨ ਭਗਵੰਤ ਮਾਨ ਹੋਣਾਂ ਦੇ ਨਾਲ ਰਾਗਵ ਚੱਡੇ ਹੋਣਾਂ ਦੇ ਨਾਲ ਰਵਿੰਦ ਕੇਜਰੀਵਾਲ ਹੋਣਾਂ ਮਿਲ ਗਿਆ ਕਿ ਜਿਹੜਾ ਐਡਾ ਵੱਡਾ ਜਿਹੜਾ ਪੰਜਾਬ ਦਾ ਜ਼ਾਇਦ ਮੁੱਦਾ ਸੀ ਉਸ ਮੁੱਦੇ ਨੂੰ ਡਿਲੀਟ ਕੀਤਾ ਸਿਮਰ ਜੀਸ ਕੇ ਮਾਂ ਨੇ ਜਾਣ ਬੁਝ ਕੇ ਸੋਚਿਆ ਸਮਝੀ ਸਾਜ਼ਿਸ਼ ਹੈ ਦੀ